ਤੇ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਔਰ ਕਾਂਗਰਸ ਪਾਰਟੀ ਦਾ ਪਰਿਵਾਰ ਵੱਡਾ ਕਰਨ ਵਾਸਤੇ ਆਏ ਸਾਡੇ ਸਾਥੀਗਣ, ਸਭ ਤੋਂ ਪਹਿਲਾਂ ਮੈਂ ਚੋਣਾਂ ਦਾ ਬਿਗਲ ਵੱਜ ਚੁੱਕਿਆ ਔਰ ਤਕਰੀਬਨ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ। ਇੱਕ ਅੱਧੀ ਸੀਟ 'ਤੇ ਉਮੀਦਵਾਰ ਐਲਾਨਣਾ ਬਾਕੀ ਹੈ, ਬਾਕੀ ਸਾਰੇ ਉਮੀਦਵਾਰ ਐਲਾਨ ਦਿੱਤੇ ਗਏ ਔਰ ਮੈਂ ਉਮੀਦ ਕਰੂੰਗਾ ਕਿ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਸਭ ਤੋਂ ਵੱਡੀ ਜਿੱਤ ਪ੍ਰਾਪਤ ਕਰੇਗੀ ਔਰ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਪੰਜਾਬ ਦੇ ਲੋਕ ਫੈਸਲਾ ਕਰਨਗੇ, ਉੱਭਰ ਕੇ ਆਏਗੀ। ਔਰ ਨਾਲ ਹੀ ਨਾਲ ਬਹੁਤ ਸਾਰੇ ਸਾਥੀ ਜਿਹੜੇ ਕਿਸੇ ਸਮੇਂ ਪਾਰਟੀ ਤੋਂ ਵੱਖ ਹੋ ਗਏ ਸਨ ਕੁਝ ਕਾਰਨਾਂ ਦੇ ਕਰਕੇ, ਅੱਜ ਉਹ ਦੁਬਾਰਾ ਉਹਨਾਂ ਦੇ ਘਰ ਵਾਪਸੀ ਹੋ ਰਹੀ। ਕਾਂਗਰਸ ਪਾਰਟੀ ਦੀ ਸੋਚ ਨੂੰ ਵੇਖ ਕੇ, ਕਾਂਗਰਸ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਨੂੰ ਵੇਖ ਕੇ, ਕਾਂਗਰਸ ਪਾਰਟੀ ਦੇ ਵਿਚਾਰਾਂ ਨੂੰ ਦੇਖ ਕੇ ਅਤੇ ਕਾਂਗਰਸ ਪਾਰਟੀ ਦਾ ਨਿਆਂ ਪੱਤਰ ਵੇਖ ਕੇ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਦੇਸ਼ ਦੇ, ਕਿ ਦੇਸ਼ ਨੂੰ ਅੱਜ ਸੰਵਿਧਾਨ ਨੂੰ ਅਤੇ ਦੇਸ਼ ਨੂੰ ਬਚਾਉਣ ਦੀ ਲੋੜ ਹੈ, ਲੋਕਤੰਤਰ ਬਚਾਉਣ ਦੀ ਲੋੜ ਹੈ, ਦੇਸ਼ ਦਾ ਸੰਵਿਧਾਨ ਬਚਾਉਣ ਦੀ ਲੋੜ ਹੈ। ਔਰ ਅੱਜ ਪੰਜਾਬ ਦੇ ਲੋਕ ਇੱਕ ਗੱਲ ਮੈਨੂੰ ਲੱਗਦਾ ਕਿ ਉਹਨਾਂ ਦੇ ਮਨ ਦੇ ਵਿੱਚ ਘਰ ਘਰ ਗਈ ਹੈ ਔਰ ਮੈਂ ਬੇਨਤੀ ਵੀ ਕਰਾਂਗਾ ਕਿ ਇੱਕ ਹੀ ਪਾਰਟੀ ਹੈ ਜਿਹੜੀ ਸਿੱਧਮ ਸਿੱਧਾ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਲੜਾਈ ਲੜ ਰਹੀ ਹੈ, ਉਹ ਹੈ ਕਾਂਗਰਸ ਪਾਰਟੀ। ਔਰ ਸਾਡੇ ਲੀਡਰ ਖੜਗੇ ਸਾਹਿਬ ਅਤੇ ਰਾਹੁਲ ਗਾਂਧੀ ਖਾਸ ਕਰਕੇ, ਜਿਹੜੇ ਨਾ ED ਤੋਂ ਚੁੱਕੇ, ਨਾ CBI ਤੋਂ ਚੁੱਕੇ, ਨਾ ਜੇਲ੍ਹ ਜਾਣ ਤੋਂ ਡਰੇ, 2 ਸਾਲ ਦਾ ਬੇਸ਼ੱਕ ਉਹਨਾਂ ਦੀ ਸਦੱਸਤਾ ਵੀ ਰੱਦ ਕਰ ਦਿੱਤੀ ਗਈ, ਸਜ਼ਾ ਵੀ ਸੁਣਾ ਦਿੱਤੀ ਗਈ, ਸਦੱਸਤਾ ਵੀ ਰੱਦ ਕਰ ਦਿੱਤੀ ਗਈ ਔਰ ਘਰ ਵੀ ਖੋਲਿਆ ਗਿਆ, ਸਿਕਿਉਰਿਟੀ SPG ਵਾਪਸ ਲੈ ਲਏਗੀ। ਇਸ ਦੇ ਬਾਵਜੂਦ ਵੀ ਚਟਾਂਗ ਬਣ ਕੇ ਸਾਡੇ ਰਾਹੁਲ ਗਾਂਧੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਇਸ ਦੇਸ਼ ਨੂੰ ਬਚਾਉਣ ਵਾਸਤੇ ਔਰ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਲੜ ਰਹੇ ਨੇ। ਔਰ ਮੈਂ ਉਮੀਦ ਕਰਦਾ ਕਿ ਇਸੇ ਸੋਚ ਨੂੰ ਲੈ ਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਲੜਾਈ ਦੇਸ਼ ਨੂੰ ਬਚਾਉਣ ਦੀ ਹੈ, ਇੱਧਰ ਉੱਧਰ ਵੇਖਣ ਦੀ ਬਜਾਏ ਕੋਈ ਅਕਾਲੀ ਦਲ ਨੂੰ ਜਿਹੜਾ ਵੋਟ ਪਾਏਗਾ ਜਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਏਗਾ, ਤੁਸੀਂ ਦੇਖਿਆ ਆਮ ਆਦਮੀ ਪਾਰਟੀ ਦੇ ਪਹਿਲਾਂ ਵੀ 6-7 ਮੈਂਬਰ ਆਫ ਪਾਰਲੀਮੈਂਟ ਚੁਣ ਕੇ ਗਏ, ਰਾਜਿਆ ਸਭਾ ਮੈਂਬਰ, ਇੱਕ ਵੀ ਰਾਜਿਆ ਸਭਾ ਮੈਂਬਰ ਨੇ ਅੱਜ ਤੱਕ ਮੂੰਹ ਨਹੀਂ ਖੋਲਿਆ ਔਰ ਇੱਕ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਗਏ ਸਨ, ਉਹਨਾਂ ਨੇ ਦੁਬਾਰਾ ਫਿਰ BJP ਦਾ ਪੱਲੂ ਜਿਹੜਾ ਸੰਭਾਲ ਲਿਆ। ਸੋ ਮੈਂ ਕਹਿੰਦਾ ਕਿ ਜਿੰਨਾ ਬਲ ਕਾਂਗਰਸ ਪਾਰਟੀ ਨੂੰ ਮਿਲੇਗਾ ਇਹਨਾਂ ਚੋਣਾਂ ਦੇ ਵਿੱਚ, ਤਾਂ ਉਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਭਲਾ ਹੋਣ ਵਾਲਾ ਹੈ। ਉਹ ਕਿਸਾਨਾਂ ਦੀ ਗੱਲ ਲਾ ਲਓ, ਪੰਜਾਬੀ ਦੀ ਗੱਲ ਲਾ ਲਓ, ਪੰਜਾਬੀਅਤ ਦੀ ਗੱਲ ਲਾ ਲਓ, ਕਿਉਂਕਿ ਕੇਵਲ ਪੰਜਾਬੀ ਰੜਕਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ। ਸਾਰਾ ਦੇਸ਼ ਫਤਿਹ ਕਰਨ ਤੋਂ ਬਾਅਦ, ਪਹਿਲਾਂ ਜਿਹੜੇ ਜਿੱਥੇ ਜਿੱਥੇ ਆਪਦਾ ਝੰਡਾ ਲਹਿਰਾਉਣ ਤੋਂ ਬਾਅਦ ਕੋਸ਼ਿਸ਼ ਕੀਤੀ ਗਈ, ਨਿਰੰਤਰ ਹਮਲੇ ਕੀਤੇ ਗਏ ਕਿ ਅਸੀਂ ਕਿਵੇਂ ਨਾ ਕਿਵੇਂ ਪੰਜਾਬ 'ਤੇ ਆਪਦਾ ਰਾਜ ਬਣਾ ਲਈਏ, ਲੇਕਿਨ ਉਹ ਮੁਣਕਿਨ ਨਹੀਂ ਹੈ। ਅਤੇ ਫਿਰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਅਤੇ ਪੰਜਾਬੀਆਂ 'ਤੇ ਤਸੱਦਤ ਕਰਨ ਦਾ
ਪੂਰਨ ਉਪਰਾਲਾ ਕੀਤਾ ਜਾ ਰਿਹਾ। ਕਦੇ ਕਦੇ ਤਾਂ ਇੰਝ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕਿਤੇ ਦੇਸ਼ ਦੇ ਨਕਸ਼ੇ ਤੋਂ ਹੀ ਪੰਜਾਬ ਨੂੰ ਨਾ ਉਡਾ ਦਿੱਤਾ ਜਾਵੇ। ਸੋ ਇਹਨਾਂ ਤਮਾਮ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਸਾਡੇ ਲੋਕ ਔਰ ਸਾਡੇ ਲੀਡਰ ਸਾਹਿਬਾਨ ਘਰ ਵਾਪਸੀ ਕਰ ਰਹੇ ਨੇ। ਮੈਂ ਉਹਨਾਂ ਨੂੰ ਜੀ ਆਇਆਂ ਕਹਿਣਾ। ਮੇਰੇ ਨਾਲ ਰਜਿੰਦਰ ਰਾਜਾ ਜੀ, ਜਿਹੜੇ ਕਿ ਜ਼ਿਲ੍ਹਾ ਯੂਥ ਕਾਂਗਰਸ ਤੋਂ ਜਿਨ੍ਹਾਂ ਨੇ ਆਪਦਾ ਜੀਵਨ ਸ਼ੁਰੂ ਕੀਤਾ ਸੀ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹੇ, ਪਲੈਨਿੰਗ ਬੋਰਡ ਸੰਗਰੂਰ ਦੇ ਚੇਅਰਮੈਨ ਰਹੇ, ਫਿਰ ਮਿਲਕ ਫੈਡ ਦੇ ਉੱਥੇ ਦੇ ਸੰਗਰੂਰ ਜ਼ਿਲ੍ਹੇ ਦੇ ਚੇਅਰਮੈਨ ਰਹੇ, ਔਰ ਕਈ ਵਾਰੇ ਇਹਨਾਂ ਨੇ ਕਾਂਗਰਸ ਪਾਰਟੀ ਦੀ ਸੇਵਾ ਕੀਤੀ। ਪਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਜਦੋਂ ਉਹਨਾਂ ਨੂੰ ਹਟਾਇਆ ਗਿਆ ਤੇ ਉਦੋਂ ਇਹ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਨਵੀਂ ਪਾਰਟੀ ਸੀ ਉਹਨਾਂ 'ਚ ਆਪਦੇ ਵਿਚਾਰ ਰੱਖਣ ਲੱਗ ਪਏ। ਲੇਕਿਨ ਅੱਜ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਆਪਦੀ ਜਿਹੜੀ ਪੁਰਾਣੀ ਪਾਰਟੀ ਹੈ ਘਰ ਵਾਪਸੀ ਕੀਤੀ ਹੈ, ਸਾਡੇ ਵਿੱਚ ਫਿਰ ਵਿਸ਼ਵਾਸ ਜਿਤਾਇਆ। ਮੈਂ ਰਜਿੰਦਰ ਰਾਜਾ ਜੀ ਨੂੰ, ਉਹਨਾਂ ਦੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਾ ਦੁਬਾਰਾ ਸ਼ਮੂਲੀਅਤ ਕਰਨ ਦੇ ਵਾਸਤੇ ਉਹਨਾਂ ਨੂੰ ਜੀ ਆਇਆਂ ਕਹਿਣਾ। ਨਾਲ ਹੀ ਨਾਲ ਉਹਨਾਂ ਦੇ ਹਰਮਨਪ੍ਰੀਤ ਸਿੰਘ ਡਿੱਕੀ ਸਾਹਿਬ, ਇਹ ਵੀ ਐਕਸ ਚੇਅਰਮੈਨ ਰਹੇ ਨੇ ਮਾਰਕੀਟ ਕਮੇਟੀ ਸੰਗਰੂਰ ਦੇ, ਉਹ ਵੀ ਸ਼ਾਮਿਲ ਹੋ ਰਹੇ ਨੇ। ਅਵਤਾਰ ਸਿੰਘ ਸ਼ੇਰੋਂ, ਐਕਸ ਪ੍ਰਧਾਨ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਿਸਾਨ ਸੈੱਲ ਸੰਗਰੂਰ, ਉਹ ਵੀ ਅੱਜ ਸਾਡੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਨਵੀਨ ਕੁਮਾਰ ਬੰਟੀ, ਐਕਸ ਐਮ ਸੀ ਸੁਨਾਮ, ਉਹ ਵੀ ਅੱਜ ਸਾਡੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਸਰਕਾਰ ਬਲਕਾਰ ਸਿੰਘ, ਰਿਟਾਇਰਡ ਪੁਲਿਸ ਇੰਸਪੈਕਟਰ, ਬਲਜੀਤ ਸਿੰਘ ਢੀਂਡਸਾ ਸਰਪੰਚ, ਮਲਕੀਤ ਸਿੰਘ ਟੋਲੇਵਾਲ ਐਕਸ ਜਨਰਲ ਸੈਕਟਰੀ ਕਿਸਾਨ ਸੈੱਲ ਪੰਜਾਬ, ਬਲਵਿੰਦਰ ਸਿੰਘ ਧਾਲੀਵਾਲ ਬੀਰ ਕਲਾਂ, ਅਤੇ ਲਾਸਟ ਦੇ ਵਿੱਚ ਨਰੇਸ਼ ਸ਼ਰਮਾ ਜੀ ਸਾਡੇ, ਇਹ ਵੀ ਜਿਹੜੇ ਪ੍ਰੈਜ਼ੀਡੈਂਟ ਨੇ ਸੰਗਰੂਰ ਤੋਂ, ਇਹ ਵੀ ਬੁੱਧੀਜੀਵੀ ਸੈੱਲ ਦੇ, ਇਹ ਵੀ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਮੈਂ ਇਹਨਾਂ ਨੂੰ ਜੀ ਆਇਆਂ ਕਹਿਣਾ ਔਰ ਇਹਨਾਂ ਨੂੰ ਵਿਸ਼ਵਾਸ ਦਵਾਉਣਾ ਕਿ ਕਾਂਗਰਸ ਪਾਰਟੀ ਦੇ ਵਿੱਚ ਹਮੇਸ਼ਾ ਤੁਹਾਡਾ ਮਾਨ ਸਨਮਾਨ ਬਰਕਰਾਰ ਰਹੇਗਾ। ਤੁਹਾਡੀ ਔਖੇ ਸਮੇਂ 'ਚ ਤੁਸੀਂ ਕਾਂਗਰਸ ਪਾਰਟੀ ਦਾ ਸਾਥ ਦੇਣ ਵਾਸਤੇ ਦੁਬਾਰਾ ਫਿਰ ਘਰ ਵਾਪਸੀ ਕੀਤੀ ਹੈ। ਤੁਹਾਨੂੰ ਸਾਰਿਆਂ ਨੂੰ, ਜੀ ਆਇਆਂ ਨੂੰ ਵੈਲਕਮ, ਬਹੁਤ ਮਿਹਰਬਾਨੀ ਤੁਹਾਡਾ। ਮੈਨੂੰ ਲੱਗਦਾ ਕਿ ਇਸ ਸਮੇਂ ਆਉਣਾ ਕਾਂਗਰਸ ਪਾਰਟੀ ਨੂੰ ਹੋਰ ਬਲ ਮਿਲੇਗਾ। ਇਹੀ ਮੈਨੂੰ ਲੱਗਦਾ ਕਿ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀ। ਇਸ ਤੋਂ ਬਾਅਦ ਮੈਂ ਬਾਜਵਾ ਸਾਹਿਬ ਤੁਹਾਨੂੰ ਕੁਝ ਤੁਹਾਨੂੰ ਸਨਮੁੱਖ ਹੋਣਗੇ। ਬਾਜਵਾ ਸਾਹਿਬ, ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਅਤੇ ਛੋਟੇ ਵੀਰ ਰਾਜਾ ਵੜਿੰਗ ਜੀ, ਸੋਹਤਾ ਸਾਹਿਬ, ਸਾਡਾ ਰਾਜਾ ਬੀਰ ਕਲਾਂ, ਸਾਡੇ ਸਾਥੀ। ਮੈਨੂੰ ਯਾਦ ਹੈ ਅੱਜ ਤੋਂ 11 ਸਾਲ ਪਹਿਲੇ ਜਦੋਂ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸੀ, ਮੈਂ ਇਹਨਾਂ ਨੂੰ ਆਪਣੇ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਸੰਗਰੂਰ ਦਾ। ਬੜਾ ਅੱਛਾ ਕੰਮ ਕੀਤਾ। ਬਟ ਰਾਜਾ ਜੀ ਨੇ ਤੁਹਾਨੂੰ ਕਾਰਨ ਦੱਸੇ ਨੇ, ਜਦੋਂ ਕੈਪਟਨ ਅਮਰਿੰਦਰ ਸਿੰਘ ਹਟਾਏ ਗਏ, ਚੰਦ ਸਾਥੀ ਜਿਹੜੇ ਉਹਨਾਂ ਦੇ ਨਾਲ ਪਾਰਟੀ ਛੱਡ ਕੇ ਚਲੇ ਗਏ, ਉਹਨਾਂ ਵਿੱਚ ਰਾਜਾ ਬੀਰ ਕਲਾਂ ਸਾਹਿਬ,
ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਸੀ। ਸਵੇਰ ਦਾ ਭੁੱਲਿਆ ਕਹਿੰਦੇ, ਜੋ ਸ਼ਾਮ ਨੂੰ ਘਰ ਵਾਪਸ ਆਉਂਦਾ ਤਾਂ ਉਹਨੂੰ ਭੁੱਲਿਆ ਨਹੀਂ ਗਿਣਿਆ ਜਾਂਦਾ। ਐਂਡ ਇਹ ਉਸ ਟਾਈਮ ਇਹ ਤਾਂ ਇਹਨਾਂ ਦੇ ਸਾਥੀ ਆਏ ਨੇ ਜਿਹੜੀ ਬੜੀ ਵੱਡੀ ਇੱਕ ਪਾਰਟੀ ਵਾਸਤੇ ਇੱਕ ਚੁਣੌਤੀ ਦੀ ਘੜੀ। ਅਸੀਂ ਮਸ਼ਹੂਰ ਹਾਂ ਵੀਰ ਕਲਾਂ ਸਾਹਿਬ ਤੁਹਾਡਾ ਅਤੇ ਤੁਹਾਡੇ ਸਾਰੇ ਸਾਥੀਆਂ ਦਾ, ਜਿੱਥੇ ਇੱਕ ਪਾਸੇ ਅਸੀਂ ਵੈਲਕਮ ਕਰਨੇ ਹਾਂ, ਉੱਥੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਔਖੀ ਘੜੀ ਦੇ ਵਿੱਚ ਤੁਸੀਂ ਵਾਪਸ ਆਏ। ਜਦੋਂ ਤਾਕਤ 'ਚ ਹੁੰਦੇ ਉਦੋਂ ਤਾਂ ਬਹੁਤ ਸਾਰੇ ਵਾਪਸ ਪਰਤਾਉਂਦੇ ਨੇ, ਬਟ ਇਸ ਟਾਈਮ ਜਦੋਂ ਨਾ ਅਸੀਂ ਸੈਂਟਰ ਵਿੱਚ ਹਾਂ ਨਾ ਸੂਬੇ ਵਿੱਚ, ਅਤੇ ਵਿਸ਼ੇਸ਼ ਤੌਰ ਸੰਗਰੂਰ ਜਿਹੜਾ ਆਪ ਦਾ ਗੜ੍ਹ ਹੈ, ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਸੀਟ ਹੈ, ਉਹਦੇ ਵਿੱਚ ਅੱਜ ਸਾਹ ਸੁਖਪਾਲ ਸਿੰਘ ਖਹਿਰੇ ਦੀ ਮਦਦ ਕਰਨ ਵਾਸਤੇ, ਕਾਂਗਰਸ ਦੇ ਨੁਮਾਇੰਦੇ ਦੀ ਮਦਦ ਕਰਨ ਵਾਸਤੇ ਜਿਹੜਾ ਤੁਸੀਂ ਆਪਣਾ ਸਾਥ ਨਿਭਾ ਰਹੇ ਹੋ, ਇਹ ਪਾਰਟੀ ਤੁਹਾਡੀ ਹਮੇਸ਼ਾ ਮਸ਼ਕੂਰ ਰਹੇਗੀ। ਸਾਡੇ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਹੈ। ਗੁਰੂ ਮਹਾਰਾਜ ਸਾਹਿਬ 'ਤੇ ਸਾਨੂੰ ਪੂਰਨ ਫੇਥ ਹੈ, ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਹੜੀ 2 ਸਾਲ ਪਹਿਲੇ ਇੱਕ ਰਾਜਨੀਤਿਕ ਭੁੱਲ ਕੀਤੀ ਸੀ, ਉਹ ਹੁਣ ਠੀਕ ਕਰਨ ਦਾ ਮੌਕਾ ਹੈ। ਇੱਕ ਵਾਰ ਇਹਨਾਂ ਲੋਕਾਂ ਦੇ ਗਲਤ ਲਾਰੇ ਲੱਪਿਆਂ ਦੇ ਵਿੱਚ, ਇਹਨਾਂ ਦੇ ਚੁਟਕਲਿਆਂ ਦੇ ਵਿੱਚ, ਇਹਨਾਂ ਦੀ ਕਹਾਣੀਆਂ ਸੁਣ ਸੁਣ ਕੇ ਪੁਰਾਣੀ ਰਾਜਨੀਤਿਕ ਜਮਾਤਾਂ ਨੂੰ ਰਿਜੈਕਟ ਕਰਕੇ ਇੱਕ ਨਵੀਂ ਪਾਰਟੀ ਲੈ ਕੇ ਆਉਂਦੀ ਸੀ, ਜਿਨ੍ਹਾਂ ਨੇ ਵਿਸ਼ਵਾਸ ਦਵਾਇਆ ਸੀ ਕਿ ਪੰਜਾਬ ਦੀਆਂ ਸੱਥਾਂ ਦੇ ਵਿੱਚੋਂ ਅਤੇ ਮੁਹੱਲਿਆਂ 'ਚੋਂ ਅਸੀਂ ਚੱਲਾਂਗੇ, ਇਮਾਨਦਾਰੀ ਨਾਲ ਤੁਹਾਡੇ ਨਾਲ ਵਿਚਰਾਂਗੇ, ਸਿਕਿਉਰਿਟੀ ਅਸੀਂ ਨਹੀਂ ਰੱਖਾਂਗੇ, ਸਰਕਾਰੀ ਘਰ ਜੇ ਲਵਾਂਗੇ ਤਾਂ 2 ਕਮਰਿਆਂ ਤੋਂ ਵੱਡਾ ਨਹੀਂ ਹੋਏਗਾ, ਹਰ ਚੀਜ਼। ਮੈਨੂੰ ਅੱਜ ਬੜੇ ਅਫਸੋਸ ਨਾਲ ਕਹਿਣਾ ਪਈ, ਅਮਰਿੰਦਰ ਸਿੰਘ ਜੀ ਅਤੇ 225 ਸਾਲ ਪੁਰਾਣਾ ਇੱਕ ਉਹਨਾਂ ਦਾ ਪਰਿਵਾਰ ਸੀ ਰਾਜੇ ਮਹਾਰਾਜਿਆਂ ਦਾ ਜਿਹਨੂੰ ਕਹਿੰਦੇ ਨੇ, ਚਲੋ ਉਹ ਤਾਂ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਅਤੇ ਲੋਕ ਝੱਲਦੇ ਸਨ ਕਿ ਰੋਇਲ ਫੈਮਿਲੀਜ਼ ਨੇ, ਬਟ ਭਗਵੰਤ ਮਾਨ ਜਿਹੜਾ ਆਪਣੇ ਆਪ ਨੂੰ ਇੱਕ ਮਾਸਟਰ ਦਾ ਪੁੱਤਰ ਕਹਿੰਦਾ, ਇੱਕ ਸਧਾਰਨ ਵਿਅਕਤੀ ਕਹਿੰਦਾ, ਜਿਸ ਕਿਸਮ ਦਾ ਅੱਜ ਪੈਰਾਫੁਰਨੀਲੀਆ ਭਗਵੰਤ ਮਾਨ ਨੇ ਰੱਖਿਆ, ਇਹ ਬਿਲਕੁਲ ਜੋ ਕੁਝ ਕਿਹਾ ਉਹਦੇ ਉਲਟ ਕੀਤਾ। ਲੋਕਾਂ ਨੇ ਮਹਿਸੂਸ ਕਰ ਲਿਆ ਕਿ ਲੋਕ ਨਾ ਸੰਸੀਅਰ ਨੇ, ਨਾ ਇਮਾਨਦਾਰ ਨੇ, ਨਾ ਇਹਨਾਂ ਵਿੱਚ ਤਜਰਬਾ, ਨਾ ਇਹਨਾਂ ਵਿੱਚ ਕਪੈਸਿਟੀ ਹੈ ਪੰਜਾਬ ਨੂੰ ਅੱਗੇ ਲਿਜਾਉਣ ਦੀ। ਮੈਂ ਮਸ਼ਹੂਰ ਹਾਂ ਵੀਰ ਕਲਾ ਸਾਹਿਬ, ਤੁਸੀਂ ਆਏ ਹੋ, ਭਗਵੰਤ ਮਾਨ ਜੀ ਤਾਂ 13-0 ਦੀ ਗੱਲ ਕਰਦੇ ਨੇ, 3 ਮਹੀਨਿਆਂ ਦੇ ਵਿੱਚ ਹੀ ਉਹਦੀ ਜੱਦੀ ਸੀਟ ਤੋਂ ਸੰਗਰੂਰ ਦੇ ਲੋਕਾਂ ਨੇ ਮਾਂਜ ਕੇ ਘਲਾ ਦਿੱਤਾ। ਮੈਂ ਦੱਸ ਦੇਣਾ ਚਾਹੁੰਦਾ ਸੰਗਰੂਰ ਨੂੰ, ਸਾਰੇ ਪੰਜਾਬ 'ਚੋਂ ਇੱਕ ਵੱਖਰਾ ਲੱਗਿਆ। ਜਿਹੜੇ ਬਹੁਤਾ ਟਾਈਮ ਨਹੀਂ ਲਾਉਂਦੇ, ਜਿਹੜੇ ਕੀਤੇ ਵਾਅਦੇ ਹੁੰਦੇ ਜਿਹੜੇ ਨਹੀਂ ਨਿਭਾਉਂਦੇ, ਉਹਨਾਂ ਨੂੰ ਬੜੀ ਟਾਈਮ ਸਿਰ, ਬਾਕੀ ਜ਼ਿਲ੍ਹੇ 'ਤੇ ਸਾਡੇ ਥੋੜ੍ਹਾ ਮੋਟਾ ਟਾਈਮ ਲਾ ਦਿੰਦੇ ਨੇ, ਬਟ ਸੰਗਰੂਰ ਨੂੰ ਮੈਂ ਦਾਤ ਦੇਣਾ ਚਾਹਾਂਗਾ, ਹਰ ਸੰਗਰੂਰ ਦੇ ਵੋਟਰ ਨੂੰ, ਕਿ ਉਹ ਬਹੁਤਾ ਵਕਤ ਨਹੀਂ ਲਗਾਉਂਦੇ। ਅਤੇ ਹੁਣ ਸੁਖਪਾਲ ਸਿੰਘ ਖਹਿਰੇ ਦੀ ਸਾਨੂੰ ਪੂਰਨ ਆਸ ਹੈ ਕਿ ਗੁਰੂ ਮਹਾਰਾਜ ਸਾਹਿਬ ਦੇ ਆਸਰੇ ਦੇ ਨਾਲ ਵੱਡੇ ਪੈਮਾਨੇ 'ਤੇ ਜਿੱਤ ਕਰਕੇ
ਇਹ ਜਿਹੜੇ ਪੰਡਾਂ ਦੀ ਜਮਾਤ ਹੈ ਇਹਨੂੰ ਇੱਕ ਵਾਰ ਦਸਤੇ ਨਬੂਦ ਕਰਕੇ ਜੜੋਂ ਖੇਡ ਕੇ ਇੱਥੋਂ ਭਜਾ ਦਿਓ। ਤੁਹਾਡਾ ਆਉਣਾ ਜਿਹੜਾ ਇਹਦੇ ਵਿੱਚ ਤੁਹਾਡਾ ਵਿਸ਼ੇਸ਼ ਰੋਲ ਰਹੇਗਾ। ਜਦੋਂ ਵੀ ਇਤਿਹਾਸਿਕ ਜੰਗਾਂ ਜਿੱਤੀਆਂ ਨੇ ਉਹਨਾਂ ਜਰਨੈਲਾਂ ਦੇ ਵਿੱਚ ਉਹਨਾਂ ਦੇ ਨਾਂ ਲਿਖੇ ਜਾਂਦੇ ਕਿ ਆਹ ਇਤਿਹਾਸਿਕ ਜਿੱਤ ਦੇ ਵਿੱਚ ਆਹ ਜਰਨੈਲ ਜਦੋਂ ਆਇਆ ਤਾਂ ਉਦੋਂ ਇਹ ਜੰਗਾਂ ਜਿੱਤੀਆਂ ਗਈਆਂ ਨੇ। ਇਸ ਟਾਈਮ ਤੁਹਾਡਾ ਆਉਣਾ ਸਾਡੇ ਸਿਰ ਮੱਥੇ 'ਤੇ ਹੈ, ਤੁਹਾਡਾ, ਤੁਹਾਡੇ ਸਾਰੇ ਸਾਥੀਆਂ ਦਾ। ਅਤੇ ਗੁਜ਼ਾਰਿਸ਼ ਸਾਡੀ ਦੋਨਾਂ ਦੀ, ਪ੍ਰਧਾਨ ਜੀ ਦੀ ਅਤੇ ਮੇਰੀ, ਇਹ ਹੈ ਕਿ ਹੁਣ ਉੱਥੇ ਜਾ ਕੇ ਜੂਝ ਜਾਓ ਜਿਸ ਤਰ੍ਹਾਂ ਪੰਜਾਬੀ ਜੂਝਦੇ ਹੁੰਦੇ ਨੇ ਜੰਗਾਂ ਦੇ ਵਿੱਚ। ਉਹ ਇੰਨਾ ਹੀ ਕਹਿੰਦਾ ਹੋਇਆ ਮੈਂ ਬਹੁਤ ਸਾਰੇ ਵੀਰਾਂ ਦਾ ਮਸ਼ਕੂਰ ਹਾਂ ਕਿ ਤੁਸੀਂ ਔਖੀ ਘੜੀ ਦੇ ਵਿੱਚ ਆਏ ਹੋ ਅਤੇ ਇਸ ਵੱਡੀ ਜੰਗ ਦੇ ਵਿੱਚ, ਸਿਆਸੀ ਜੰਗ ਦੇ ਵਿੱਚ ਤੁਸੀਂ ਇੱਕ ਨੁਮਾਇਆ ਰੋਲ ਅਦਾ ਕਰੋਗੇ ਇਸ ਜਮਾਤ ਨੂੰ ਜੜੋਂ ਖੇਡਣ ਦਾ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।